डाइंग प्लांट आ जी पैरामाउंट सेंटेक्स फैक्टरी का नाम आ। पिछली 9 तरीक नूं रात नूं असीं जी ये फड़े सीगे मौके ते टैंकरां राहीं कैमिकल भर के सड़कां ते खेतां सुट रहे सीगे। गड्डी च फेट मार के टैंकर लैके भज्जण की कोशिश की उन्हें। फैक्टरी वालों मैनू 50,000 तो लैके 1,00,000 रुपये तक का जी ऑफर भी आ गई भी तू पैसे लैके चुप कर जा। कैमिकल ही कैमिकल सुट्टिया पिया देखो, पिंडां दा हो गया, साह दा हो गया जी, कैंसर दा हो गया, ये सारे रोग आम चल रहे हैं अजकल जी। उन्होंने धरती दे विच बोर किए हुए ने जी। अच्छा, वह कैमिकल वाला पानी सीधा ही धरती 'च जाता। मैं उन्होंने लोकल MLA नूं भी जी आ दे के आया लैटर। अच्छा, ये भी दिते नूं महीना हो गया जी। बई भाई ये कार्रवाई कराई जाए फैक्टरी से, उन्होंने वालों भी कोई एक्शन नहीं आया जी। ये मत्तेवाड़ा जंगल के नाल जो इंडस्ट्री बननी आने वाले समय के प्रभाव की पैना आ। हालांकि अज पंजाब नू प्यार करन वाले पंजाबी जेड़े ने वो इकट्ठे हुए ने, पर आने वाले समय के प्रभाव की पैना। एक नौजवान साढ़े नाल आ जितों के बई वसनीक ने, उतों के नेड़े डाइंग फैक्टरी जी लगी हुई आ, तो उदा प्रभाव किस तरह के नाल आ बई हुरे सानू विद वीडियो सानू दिखाउणगे कि की प्रभाव आ, किस तरह के नाल कैमिकल जिहड़ा उस तो बाद आ वह सुट्टिया जा रहा, तो कैमिकल जिहड़ा उस तो बाद बर्बादी करता आ साडी जिहड़ी हैगी आ जीवन की बर्बादी करता। ਬਾਈ ਕੀ ਨਾਮ ਆ ਤੁਹਾਡਾ? ਸਾਬੀ ਪੰਜੇਟਾ ਜੀ। ਕਿੱਥੋਂ ਬਾਈ? ਮੇਰਾ ਪੰਜੇਟਾ ਪਿੰਡ ਆ ਜੀ। ਪੰਜੇਟਾ ਪਿੰਡ, ਹਾਂਜੀ। ਇਹ ਤੁਸੀਂ ਦੱਸਿਓ ਪੂਰੀ ਡਿਟੇਲ ਕੀ? ਇਹ ਮਾਨਗੜ ਫੈਕਟਰੀ ਆ ਜੀ, ਇੱਕ ਵਾੜਾ ਮਾਛੀਵਾੜਾ ਰੋਡ ਤੇ। ਇਹ ਡਾਇੰਗ ਪਲਾਂਟ ਆ ਜੀ, ਪੈਰਾਮਾਉਂਟ ਸੈਂਟੈਕਸ ਫੈਕਟਰੀ ਦਾ ਨਾਮ ਆ। ਇਹ ਪਿਛਲੀ 9 ਤਰੀਕ ਨੂੰ ਰਾਤ ਨੂੰ ਅਸੀਂ ਜੀ ਇਹ ਫੜੇ ਸੀਗੇ ਮੌਕੇ ਤੇ ਟੈਂਕਰਾਂ ਰਾਹੀਂ ਕੈਮੀਕਲ ਭਰ ਕੇ। ਮਤਲਬ ਇਹਨਾਂ ਨੂੰ ਟ੍ਰੀਟਮੈਂਟ ਕਰਨਾ ਚਾਹੀਦਾ ਪਾਣੀ ਦਾ ਜੀ। ETP ਪਲਾਂਟ ਲੱਗੇ ਹੋਣੇ ਚਾਹੀਦੇ ਨਾ, ਇਹਨਾਂ ਦਾ ਕੋਈ ਉਹ ਸਿਸਟਮ ਆ ਸਰੇਆਮ ਪਾਣੀ ਭਰ ਕੇ ਸੜਕਾਂ ਤੇ ਖੇਤਾਂ 'ਚ ਸੁੱਟ ਰਹੇ ਸੀਗੇ। ਅਸੀਂ ਮੌਕੇ ਤੇ ਜਾ ਰਹੇ ਸੀਗੇ, ਮੈਂ ਕੰਮ ਉਧਰ ਨੂੰ, ਤੇ ਉਹ ਟੈਂਕਰ ਦੇਖਿਆ ਤਾਂ ਉਹਦੀ ਵੀਡੀਓ ਬਣਾਈ, ਮੁੜ ਕੇ ਅਸੀਂ ਉਹ ਟੈਂਕਰ ਵਾਲਾ ਗੱਡੀ 'ਚ ਫੇਟ ਮਾਰ ਕੇ ਟੈਂਕਰ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨੇ, ਉਹ ਅਸੀਂ ਫੜਾਤਾ ਜੀ ਕਟਾਣੀ ਚੌਂਕੀ ਮੌਕੇ ਤੇ ਜੀ, ਹਜੇ ਵੀ ਚੌਂਕੀ 'ਚ ਖੜਾ ਵਾ। ਤੇ ਪ੍ਰਦੂਸ਼ਣ ਬੋਰਡ ਨੂੰ ਸ਼ਿਕਾਇਤ ਕੀਤੀ, ਉਹ ਸੈਂਪਲ ਵਗੈਰਾ ਲੈ ਗਏ, ਕਾਰਵਾਈ ਫੈਕਟਰੀ ਤੇ ਕੋਈ ਨਹੀਂ ਹੋਈ, ਪ੍ਰੋਪਰ ਉਦਾਂ ਹੀ ਫੈਕਟਰੀ ਚੱਲ ਰਹੀ ਆ। ਤੇ ਫੈਕਟਰੀ ਵੱਲੋਂ ਮੈਨੂੰ 50,000 ਤੋਂ ਲੈ ਕੇ 1,00,000 ਰੁਪਏ ਤੱਕ ਦਾ ਜੀ ਆਫਰ ਵੀ ਆ ਗਈ ਵੀ ਤੂੰ ਪੈਸੇ ਲੈ ਕੇ ਚੁੱਪ ਕਰ ਜਾ। ਤੇ ਪੁਲਿਸ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕਰੀ, ਤੇ ਪ੍ਰਦੂਸ਼ਣ ਬੋਰਡ ਦੀ ਵੀ ਹਜੇ ਤੱਕ ਉਹਨਾਂ ਨੂੰ ਫੋਨ ਕਰਦੇ ਆ, ਉਹ ਕਹਿੰਦੇ ਆ ਸੈਂਪਲ ਭੇਜੇ ਹੋਏ ਨੇ, 1 ਮਹੀਨੇ ਤੋਂ ਉੱਤੇ ਹੋ ਗਿਆ ਜੀ। ਇਹਦੇ ਵਾਸਤੇ ਭਗਵੰਤ ਮਾਨ ਕਹਿੰਦਾ ਵਾ ਵੀ ਮੈਂ ਬਹੁਤ ਸਾਵਧਾਨ ਆ, ਪ੍ਰਦੂਸ਼ਣ ਬੋਰਡ ਨੂੰ ਉਹ ਕੀਤਾ ਹਦਾਇਤ ਕੀਤੀ ਹੋਈ ਆ ਵੀ ਵਾਤਾਵਰਨ ਨਾਲ ਖਿਲਵਾੜ ਨਾ ਕੀਤਾ ਜਾਵੇ। ਮੈਂ ਉਹਨਾਂ ਦੇ ਲੋਕਲ MLA ਨੂੰ ਵੀ ਜੀ ਆਹ ਦੇ ਕੇ ਆਇਆ ਲੈਟਰ। ਅੱਛਾ, ਇਹ ਵੀ ਦਿੱਤੇ ਨੂੰ ਮਹੀਨਾ ਹੋ ਗਿਆ ਜੀ। ਬਈ ਭਾਈ ਇਹ 'ਤੇ ਕਾਰਵਾਈ ਕਰਾਈ ਜਾਵੇ ਫੈਕਟਰੀ 'ਤੇ, ਉਹਨਾਂ ਵੱਲੋਂ ਵੀ ਕੋਈ ਐਕਸ਼ਨ ਨਹੀਂ ਆਇਆ ਜੀ ਇਹ 'ਤੇ। ਅਤੇ ਸ਼ਰੇਆਮ ਉਹ ਕੈਮੀਕਲ ਸਿੱਟ ਰਹੇ ਸੀਗੇ ਜੀ। ਕੈਮੀਕਲ ਸਿੱਟ ਰਹੇ ਸੀ ਸ਼ਰੇਆਮ ਜੀ? ਕਿੱਥੇ ਸਿੱਟ ਰਹੇ? ਸੜਕਾਂ 'ਚ ਸਿੱਟ ਰਹੇ ਜਾਂ? ਸੜਕਾਂ 'ਤੇ ਜੀ, ਰੋਡਾਂ 'ਤੇ, ਖੇਤਾਂ 'ਚ ਸਿੱਟ ਰਹੇ ਸੀਗੇ ਜੀ। ਖੇਤਾਂ ਦੇ ਵਿੱਚ ਕੈਮੀਕਲ ਸਿੱਟ ਰਹੇ ਸੀ, ਉਹ ਉੱਥੋਂ ਇਕੱਠਾ ਕੀਤਾ ਹੋਇਆ ਜਿਹੜਾ ਅੰਦਰੋਂ ਭਰਦੇ ਸੀ ਟੈਂਕਰਾਂ ਰਾਹੀਂ ਜੀ, ਦੋ ਟਰੈਕਟਰ ਚੱਲ ਰਹੇ ਸੀ ਟੈਂਕਰਾਂ ਦੇ ਜੀ। ਅੱਛਾ, ਅਤੇ ਇਸ ਚੀਜ਼ ਦੀ ਤੁਸੀਂ ਵੀਡੀਓ ਬਣਾਈ? ਵੀਡੀਓ ਬਣਾਈ ਆ ਜੀ, ਮੌਕੇ 'ਤੇ ਪ੍ਰਦੂਸ਼ਣ ਬੋਰਡ ਨੂੰ ਵੀ ਦਿਖਾਈ ਆ, ਮੈਂ ਤੁਹਾਨੂੰ ਵੀ ਭੇਜ ਦਿੰਦਾ ਹੁਣ, ਇਹਦੀ ਥੋੜ੍ਹਾ ਜਿਹਾ ਦਿਖਾ ਵੀ ਦਿੰਦਾ ਤੁਹਾਨੂੰ ਮੈਂ। ਅੱਛਾ, ਇਹ ਵੀਡੀਓ ਬਣਾਈ ਤਾਂ ਉਹ ਸਾਰਾ ਕੈਮੀਕਲ ਉੱਥੇ ਸਿੱਟ ਰਹੇ, ਤੁਸੀਂ ਉਦੋਂ ਬਾਅਦ ਰੋਕਿਆ ਉਹਨਾਂ ਨੂੰ? ਉਦੋਂ ਬਾਅਦ ਕਿਹਾ ਜੀ ਉਹਨਾਂ ਨੂੰ, ਪ੍ਰਦੂਸ਼ਣ ਪੁਲਿਸ ਕੋਲ ਜਾਂਦੇ ਆ, ਉਹ ਕਹਿੰਦੇ ਪ੍ਰਦੂਸ਼ਣ ਬੋਰਡ ਦਾ ਕੰਮ ਆ ਇਹ, ਅਤੇ ਜੇ ਪ੍ਰਦੂਸ਼ਣ ਬੋਰਡ ਨੂੰ ਕਹਿੰਦੇ ਆ, ਉਹ ਕਹਿੰਦੇ ਸਾਡੇ ਉੱਤੇ ਭੇਜਿਆ ਹੋਇਆ ਵਾ ਇਹ ਮਾਮਲਾ, ਬਈ ਸੈਂਪਲ ਵਗੈਰਾ ਇਹਦੀ ਹਜੇ ਰਿਪੋਰਟ ਨਹੀਂ ਆਈ, ਰਿਪੋਰਟ ਆਈ ਤੁਸੀਂ ਦੱਸਾਂਗੇ, ਕੋਈ ਕਾਰਵਾਈ ਨਹੀਂ ਜੀ ਇੱਥੇ ਹੋ ਰਹੀ ਹੈਗੀ। ਸ਼ਰੇਆਮ ਜਿਵੇਂ ਹੁਣ ਕਹਿ ਰਹੇ ਨੇ ਇੱਥੇ ਫੈਕਟਰੀ ਲੱਗਣੀ ਆ, ਉਹ ਤਾਂ ਸ਼ਰੇਆਮ ਰੋਡਾਂ 'ਤੇ ਸਿੱਟੀ ਜਾਂਦੇ ਆ, ਸਾਡੇ ਮਾਛੀਵਾੜਾ ਰੋਡ 'ਤੇ ਘੱਟ ਤੋਂ ਘੱਟ 100 ਤੋਂ 150 ਫੈਕਟਰੀ ਆ ਜੀ। ਜੇ ਉਹੀ ਫੈਕਟਰੀ ਦੇ ਵਿੱਚ ਸੁਧਾਰ ਕਰ ਦੇਣ, ਉੱਥੇ ਹੀ ਪੰਜਾਬੀਆਂ ਨੂੰ ਰਾਖਵਾ ਕਰਨ ਦੇਣ, ਪ੍ਰਵਾਸੀ ਆ ਕੇ ਜੀ ਇੱਥੇ ਕੰਮ ਕਰਦੇ ਆ, ਅਸੀਂ ਇਹ ਨਹੀਂ ਕਹਿੰਦੇ ਉਹਨਾਂ ਨੂੰ ਕੰਮ ਕਰਨ ਦਾ ਅਧਿਕਾਰ ਨਹੀਂ, ਕੰਮ ਕਰਨ ਦਾ ਅਧਿਕਾਰ ਹੈਗਾ, ਪਰ ਗੇਟ 'ਤੇ ਰੱਖੇ ਜਾਂਦੇ ਆ ਪੰਜਾਬੀ ਜਿਹੜੇ ਰੱਖੇ ਜਾਂਦੇ ਆ। ਜੇ ਇਹਨਾਂ ਨੇ ਪੰਜਾਬੀਆਂ ਲਈ ਰੁਜ਼ਗਾਰ ਪੈਦਾ ਕਰਨੇ ਆ, ਤਾਂ ਪਹਿਲਾਂ ਉਹ ਫੈਕਟਰੀਆਂ ਸੁਧਾਰ ਕਰਕੇ ਉਹਨਾਂ ਵਿੱਚ ਰਾਖਵਾ ਕਰਨ ਕਰਕੇ ਪੰਜਾਬੀਆਂ ਨੂੰ ਪਹਿਲ ਦਿੱਤੀ ਜਾਵੇ ਜੀ। ਉਹਨਾਂ ਤਾਂ ਜ਼ੀਰੋ ਡਿਸਚਾਰਜ ਕਹਿੰਦੇ, ਉਹ ਭਾਈ ਅਸੀਂ ਜਿਹੜਾ ਪ੍ਰਦੂਸ਼ਣ ਨਹੀਂ ਕਰਦੇ, ਪੋਲਿਊਸ਼ਨ ਹੁੰਦਾ ਗਾ, ਫੁੱਲ ਹੁੰਦਾ ਵੀਰੇ ਉਹਨਾਂ ਦੇ ਬੋਇਲਰ, ਹੁਣ ਆਪਾਂ ਅੱਗ ਲਾਉਣ ਦਾ ਇੱਥੇ ਰੌਲਾ ਚੱਲੀ ਜਾਂਦਾ ਵੀ ਅੱਗ ਲੱਗ ਗਈ, ਕਿਸਾਨਾਂ ਨੇ ਅੱਗ ਲਾ ਦਿੱਤੀ, ਪਰਾਲੀ ਨੂੰ ਪਰਚਾ ਦੇ ਦਿਓ। ਹੁਣ ਸ਼ਰੇਆਮ ਬੋਇਲਰ ਚੱਲ ਰਹੇ ਨੇ, ਕਿੰਨਾ ਮੇਰੇ ਉੱਧਰ ਮਾਛੀਵਾੜਾ ਰੋਡ 'ਤੇ ਇੱਕ ਦਿਨ ਵੀਰੇ ਦੀ ਟੀਮ ਨਾਲ ਸਵੇਰੇ ਸਾਜਰੇ 7-8 ਵਜੇ ਗੇੜਾ ਮਾਰਿਓ, ਧੂੰਆਂ ਹੀ ਧੂੰਆਂ ਹੁੰਦਾ, ਨਿਰਾ ਧੂੰਆਂ ਹੁੰਦਾ ਜਿਹੜਾ ਕਿ ਆਲੇ ਦੁਆਲੇ ਫਸਲਾਂ ਵੀ ਖਰਾਬ ਕਰਦਾ ਜੀ। ਅੱਛਾ, ਨਿਰਾ ਧੂੰਆਂ, ਨਿਰਾ ਹੀ ਧੂੰਆਂ ਆਉਂਦਾ? ਹਾਂਜੀ, ਬੋਇਲਰਾਂ 'ਚੋਂ ਨਿਰਾ ਹੀ ਧੂੰਆਂ ਨਿਕਲਦਾ ਜੀ, ਅਤੇ ਕੈਮੀਕਲ ਆ ਜਿਹੜਾ ਉਹ ਖੇਤਾਂ 'ਚ ਸਿੱਟਿਆ ਜਾ ਰਿਹਾ, ਸੜਕਾਂ 'ਚ ਸਿੱਟਿਆ ਜਾ ਰਿਹਾ ਪਿਆਰਾ, ਜਿਹਦੇ ਨਾਲ ਸ਼ਰੇਆਮ ਕੈਂਸਰ ਸਾਡੇ ਵੱਲ ਇੱਧਰ ਆਪਣੇ, ਅੱਜ ਕੱਲ੍ਹ ਕਦੇ ਬਿਮਾਰੀ ਸੁਣੀ ਸੀ, ਪੁਰਾਣੇ ਬਜ਼ੁਰਗ ਜੀ 100-100 ਸਾਲ ਤੋਂ ਉੱਤੇ ਹੋ ਕੇ ਮਰਦੇ ਸੀ, ਹੁਣ ਕਹਿ ਦਿੰਦੇ ਆ ਵੀ ਕੈਂਸਰ ਹੋ ਗਿਆ, ਫਲਾਨਾ ਹੋ ਗਿਆ, ਸਾਰੀ ਇਹ ਫੈਕਟਰੀਆਂ ਦੀ ਦੇਣ ਆ ਜੀ। ਜਦੋਂ ਕਈ ਫੈਕਟਰੀਆਂ ਤਾਂ ਉੱਧਰ ਸੱਚ ਇਹੋ ਜਿਹੀਆਂ ਨੇ ਜੀ, ਉਹਨਾਂ ਨੇ ਧਰਤੀ ਦੇ ਵਿੱਚ ਬੋਰ ਕੀਤੇ ਹੋਏ ਨੇ ਜੀ। ਅੱਛਾ, ਉਹ ਕੈਮੀਕਲ ਵਾਲਾ ਪਾਣੀ ਸਿੱਧਾ ਹੀ ਧਰਤੀ 'ਚ ਜਾਂਦਾ।
सीधा धरती से जाता जी, वह भी मैं फैक्ट्रियां फड़ाऊंगा, पर मैं हूँ ये नहीं पंगा लैके फस गया, अही मैं धमकियां देने लग गए, ये कोई कार्रवाई नहीं हो रही। तो फिर मैं अगे कहू जाना कोई नाल, हजे अज जत्थेबंद आए हैं लखे उन्हें कहते आने इतने, उन्होंने भी लखे भीर भी फोन किया, उन्होंने चक्या नहीं, सारे गल करनी है, प्रूफ मैं तुम्हें दिखाते सारे इन्हों दिखाऊंगा जी, भी जे तो गल करे तो ही रौला पाने का फायदा जी, कल जंगल भी बचाओ पहले उधर भी देखना चाहिए जी। धमकियों की कह रहे हैं जो धमकियां दे रहे थोड़ू की कहें? पहला तो जी मेरे पिछले इन्होंने बंदे लाते जी, भी फैसला कर ला, मैंने 50,000 तो ऑफर शुरू करती इन्होंने 1,00,000 रुपये तक, तो वह SI साहब जाते उन्होंने को केस आई टैंकर उन्होंने को खड़ा वा, तो इन्होंने पहला ऑफर की आप मने नहीं है, असं क्या अभी मनना नहीं है, भी असं तो पंजाब लिए हलका बचा वा, भी साढ़े इतने लोगों जहर चमड़ी रोग हों जी कोई हों, तो बाद चो ही बंदे फिर मैंने कहन लगे कोई गल नहीं तेरी DGP तक गल पहुँचाती, कई कहें तेरे परचा पवा देंगे, कदे कहते तेन काहे च फसा देंगे, एकण दी धमकियां दिंदे जी। तुहाडे पिंडां च आवां हाँ जी, रोग थोड़े पिंड जी आवाना देख लो बहां दे की हाल, दाग दूज फिणसियां फुणसियां आम ही हो जाती ने, चमड़ी दे रोग थोड़े पिंड आवा के मतलब जो पिंड हो गया, साह का हो गया जी, कैंसर का हो गया, ये सारे रोग आम चल रहे हैं अजकल जी इन्होंने पिंड कि पिंड हाल आ। उधर मछवाड़ा तो लैके घवाड़े तक यही हाल है जी, उधर एक मानगढ़ मोटर वह पानी भी 3-4 रंगा आने लग गया, डैंग के पिछले पास फैक्ट्री है जी। अच्छा हाँ जी, पानी भी 3-4 रंगा आ, पानी भी यह जा आने लग गया जी, पानी भी पीण योग्यता कितों, पीण योग रहा ही नहीं, जो शरेआम तो थोड़ा दस्या बोर करे हुए ने, यह तो चलो सिट रहे जी, आप मौके से फड़ ले, हूँ आप फैक्ट्री के अंदर जा नहीं सकते, जे आप अंदर जाइए जो मौके से प्रदूषण बोर्ड की टीम मैनू लैके जाए मैं फड़ाऊंगा जी, भी कितने कितने बोर हुए हैं फैक्ट्रिया, कई फैक्ट्रिया जिन्हों से बोर ने 100-150 बोर सफाइदे लाए हुए हैं, उन्होंने हिसाब ना भी ट्रीटमेंट चल रहा पानी का, पर कोई ट्रीटमेंट नहीं हो रहा, पानी सीधा धरती से जा रहा जी। की मांग करते हो? मांग यही है जी, पहला इधर आ पंगा लैण तो पहला भगवंत मान साहब नूं बेनती है भी इधर लाने की बजाय पहला उधर सुधार कर दो, उधर काम बहुत आ मछवाड़ा रोड से, सारे पंजाबियों नूं राखवाकरण करो, ये नहीं कहता भी प्रवासी की लोड़ नहीं हैगी, पर राखवाकरण जरूरी है जी, हूँ कह देंगे पंजाबी पढ़े नहीं हो, एक सच NRI बंदा लाइव होया सी आम पार्टी का, कहता प्रोपोगंडा कर रहे हैं लोग बई काम करके राजी नहीं, वीरे बाहर जाते पंजाबी हड़ताली घंटे शिफ्टां ला सकते, फैक्ट्री च 12 घंटे काम करना की औखा, जे मौजूदा सानू मुल मिले जी, तनखा प्रोपर मिले जी। बहुत बहुत धन्यवाद, थैंक यू बरे। तो बई ने हाल बयान किया, कहता कि जेकर इस जंगल के नाल इंडस्ट्री लगनी है, इंडस्ट्रियल पार्क का जोड़ा आख रहे हैं कि इंडस्ट्रियल पार्क जोड़ा इस जंगल के नाल लगना, तो तबाही की होनी है, बर्बादी की होनी है, बई कहता जहलों फैक्ट्रियां लगिया हुई ने साडे पिंड आले दुआले, तो उत्थे साडे जिस तरह के रोग जेडे, चाहे कैंसर का रोग हो, साह का रोग हो, चाहे चमड़ी का रोग हो, साडे पिंड कस्बे घर आम ने, जिहड़ियां तस्वीरां तुहानू दिखाईआं इस वेले टीवी स्क्रीन के उपर भी तुसीं देख रहे हो कि किस तरह के कैमिकल जो चुकया जाता, उस तो कैमिकल खेतों के सुट्टिया जा रहा है, कैमिकल सड़कों के दुआले जो है सुट्टिया जा रहा है, रिपोर्ट के अगे भी बने रहेंगे, अपने दोस्त जसकर बंदे इजाज़त, धन्यवाद जी।